ਪੰਜਾਬੀ ਸੰਗੀਤ ਉਦਯੋਗ ਵਿੱਚ ਦੋ ਦਹਾਕੇ ਪਹਿਲਾਂ ਚੱਲੀ ਮੇਰੀ ਸਰਕਾਰ ਅਤੇ ਹੋਰ ਅਨੇਕਾਂ ਸੱਭਿਆਚਾਰ ਗੀਤਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦਮਦਾਰ ਆਵਾਜ਼ ਦੇ ਮਾਲਕ ਗਾਇਕ ਸੋਹਨ ਫਰਿਆਦ ਕੋਟੀ ਦਾ ਸਿੰਗਲ ਟਰੈਕ ਕਰਾਰ ਅੱਜ ਖਰੜ ਦੇ ਵਿੱਚ ਪ੍ਰੈਸ ਕਾਨਫਰੰਸ ਵਿੱਚ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਸੰਗੀਤਕਾਰ ਮਦਨ ਸ਼ੌਂਕੀ, ਗਿੱਧਾ ਔਜਲਾ, ਕਮਲਜੀਤ ਬੁੱਗਾ ਅਤੇ ਪੰਜਾਬੀ ਸੰਗੀਤ ਨਾਲ ਜੁੜੀਆਂ ਹੋਰ ਵੀ ਸ਼ਖਸੀਅਤਾਂ ਸਾਂਝੇ ਤੌਰ 'ਤੇ ਪਹੁੰਚੀਆਂ ਅਤੇ ਇਸ ਗੀਤ ਦਾ ਪੋਸਟਰ ਵੀ ਰਿਲੀਜ਼ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਰਜਨੀ ਰਿਕਾਰਡਸ ਦੇ ਡਾਇਰੈਕਟਰ ਅਤੇ ਪ੍ਰਸਿੱਧ ਗੀਤਕਾਰ ਹਰਮਿੰਦਰ ਸੁਮੀ ਨੇ ਦੱਸਿਆ ਕਿ ਇਸ ਗੀਤ ਨੂੰ ਪ੍ਰੀਤ ਰਖਾਰੀ ਨੇ ਕਲਮਬੰਦ ਕੀਤਾ ਹੈ, ਜਦਕਿ ਪਾਕਿਸਤਾਨ ਸੰਗੀਤਕਾਰ ਵਿਕਾਸ ਅਲੀ ਨੇ ਆਪਣੇ ਖੂਬਸੂਰਤ ਸੰਗੀਤ ਨਾਲ ਇਸ ਨੂੰ ਸ਼ਿੰਗਾਰਿਆ ਹੈ। ਸਭ ਤੋਂ ਪਹਿਲਾਂ ਸਾਰੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਇਸ ਮੇਰਾ ਜਿਹੜਾ ਟਰੈਕ ਆ ਰਿਹਾ ਹੈ ਸਿੰਗਲ ਟਰੈਕ ਕਰਾਰ, ਇਹਦੇ ਵਿੱਚ ਮੈਂ ਸਭ ਤੋਂ ਪਹਿਲੀ ਤਾਂ ਇਹੀ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਇਸ ਟਰੈਕ ਨੂੰ ਕੀਤਾ। ਅਤੇ ਕਰਾਰ ਦਾ ਮੀਨਜ਼ ਇੱਕ ਐਸਾ ਵਾਅਦਾ, ਇੱਕ ਸਿੰਗਰ ਵੱਲੋਂ ਵੀ ਅਤੇ ਆਪਣੀ ਪੋਇਟਰੀ ਅਤੇ ਮਿਊਜ਼ਿਕ ਵੱਲੋਂ ਵੀ ਐਸਾ ਇੱਕ ਪ੍ਰੋਮਿਸ ਕਿ ਮੈਂ ਅੱਗੇ ਤੋਂ ਵਧੀਆ ਚੀਜ਼ ਲੈ ਕੇ ਆਵਾਂ, ਅੱਛੇ ਸਰੋਤਿਆਂ ਦੀ ਨਜ਼ਰ, ਕੋਈ ਵਧੀਆ ਮੈਸੇਜ ਹੋਵੇ, ਕੋਈ ਐਸਾ ਗਾਣਾ ਹੋਵੇ ਜਿਹਦੇ ਵਿੱਚ ਅੱਛੀ ਪੋਇਟਰੀ ਹੋਵੇ, ਅੱਛਾ ਮਿਊਜ਼ਿਕ ਹੋਵੇ, ਅੱਛੇ ਬੋਲ ਹੋਣ, ਅੱਛੀ ਗਾਇਕੀ ਵੀ ਹੋਵੇ, ਇਹ ਹਮੇਸ਼ਾ ਭਾਅ ਜੀ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ। ਪੰਜਾਬ ਟੀਵੀ।